ਮਾੜਾ ਜਿਹਾ ਹੁਣ ਜੀ ਵੇਖੋ ਸਾਰੀ ਖਰਾਬ ਹੋ ਚੁੱਕੀ ਆ। ਖਾਲਸਾ ਸਾਈਡ ਵਾਲੇ ਵੀਰ ਹੋਣੀ ਆਏ ਆ, ਇਹਨਾਂ ਦਾ ਧੰਨਵਾਦ ਕਰਦੇ ਅੱਗੇ ਵੀ ਇਹਨਾਂ ਜਿਵੇਂ ਆਪਣੇ ਮਕਾਨ ਬਣਾਏ ਪਹਿਲਾਂ, ਮਕਾਨ ਬਣਾ ਕੇ ਹੁਣ ਪੈਲੀਆਂ ਬਣਾਉਂਦਾ ਆ ਜੀ ਸਾਡੀਆਂ। ਇਹਨਾਂ ਦਾ ਹੋਰ ਸਾਨੂੰ ਕਿਸੇ ਨੇ ਕੋਈ ਮਦਦ ਨਹੀਂ ਕੀਤੀ, ਮਤਲਬ ਕੋਈ ਸਰਕਾਰ ਵੱਲੋਂ ਕੋਈ ਨਹੀਂ ਆਇਆ ਜੀ। ਸਾਡਾ ਹੁਣ ਘਰਾਂ ਜਿਵੇਂ ਪੈਲੀਆਂ ਦੇ ਵਿੱਚ ਟੋਏ ਪੈ ਗਏ, ਸਾਡੇ ਬੋਰ ਰੁੜ ਗਏ ਆ, ਸਾਰਾ ਕੁਛ ਸਾਡਾ ਐਕਰੀ ਦਾ ਇੰਨਾ ਹੋ ਗਿਆ, ਅਸੀਂ ਕਾਹੇ ਜੋਗੇ ਨਹੀਂ ਰਹਿ ਗਏ। ਇਸ ਟਾਈਮ ਸਾਡੇ ਕੋਲ ਕਣਕ ਖਾਣ ਨੂੰ ਨਹੀਂ ਹੈਗੀ, ਗਾਂ ਵੀ ਬੱਚਿਆਂ ਨੂੰ ਕਿਵੇਂ ਖਵਾਉਣਾ ਕੀ ਕਰਨਾ ਕੁਛ ਸਾਡੇ ਕੋਲ ਨਹੀਂ ਹੈਗਾ। ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ, ਇਹਨਾਂ ਦੇ ਕਰਦੇ ਹਾਂ ਜੀ। ਚਲੋ ਸਾਡੀ ਚੱਲ ਜ਼ਮੀਨ ਬਣਾਉਣ ਦੇ ਲੱਗੇ ਆ, ਸਾਰਾ ਕੁਛ ਆਪਦੇ ਕੋਲੋਂ ਕਰਦੇ। ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਕਰੇ, ਇਹਨਾਂ ਦਾ ਵੀਰ ਸਾਰੇ ਬਾਹਰ NRI ਜਿੰਨੇ ਵੀਰ ਆ ਇਹਨਾਂ ਦਾ ਸਾਥ ਦੇਣ ਨਾਲ, ਇਹ ਗਰੀਬਾਂ ਦੀ ਬਾਂਹ ਫੜਨਦਾ ਆ ਜੀ ਆਣ ਆਣ ਕੇ। ਹਾਲਾਤ ਮਾੜੇ ਆ ਜੀ, ਸਮਝ ਗਏ ਤਾਂ ਮਾੜੇ ਆ, ਜਦੋਂ ਬਾਹਰ ਤਾਂ ਕੁਛ ਹੈਗਾ ਨਹੀਂ। ਹੁਣ ਬੱਚੇ ਵੀ ਹਿਸਾਬ ਨਾਲ ਲਾ ਲਓ, ਹਿਸਾਬ ਵੀ ਸਕੂਲਾਂ ਤੋਂ ਬੈਠੇ ਆ, ਫੀਸਾਂ ਹੋਣਗੀਆਂ ਤਾਂ ਪਾਵਾਂਗੇ ਸਾਰਾ ਕੁਛ। ਅਗਲੇ ਉਹਨਾਂ ਨੂੰ ਮਾਸਟਰਾਂ ਨੂੰ ਕੀ ਲੱਗੇ, ਉਹ ਆਉਂਦੇ ਫੀਸਾਂ ਲਿਆਓ ਅਤੇ ਬੱਚੇ ਪਵਾਓ, ਤਾਂ ਅਸੀਂ ਫਿਰ ਹੁਣ ਪੈਲੀਆਂ ਦੇ ਸਿਰ 'ਤੇ ਜੱਟ ਹੁੰਦਾ ਤੁਹਾਨੂੰ ਪਤਾ, ਜਦੋਂ ਪੈਲੀ ਨਾ ਰਹੀ ਤਾਂ ਕੀ ਰਹਿ ਗਿਆ ਪੱਲੇ। ਖਾਲਸਾ ਸਾਈਡ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ, ਬਹੁਤ ਬਹੁਤ। ਪਹਿਲਾਂ ਜਿਵੇਂ ਸਾਡੇ ਮਕਾਨ ਸਾਰੇ ਉਹ ਡਿੱਗੇ ਸੀ, ਉਹਨਾਂ ਇਹਨਾਂ ਨੇ ਉਹ ਵੀ ਬਣਾਏ, ਇੰਨਾ ਵੀ ਵੀਰ ਇਹਨਾਂ ਦੀ ਮਦਦ ਕਰਨ, ਹੋਰ ਇਹਨਾਂ ਦੇ ਨਾਲ ਸਾਥ ਦੇਣ, ਇਸ ਗਰੀਬਾਂ ਦੀ ਬਾਂਹ ਫੜਦੇ ਆ। ਅਤੇ ਮੰਨ ਲਓ ਸਾਰਿਆਂ ਦਾ ਸਾਥ, ਉਹ ਸਾਰੇ ਵੀਰ ਇਹਨਾਂ ਦਾ ਸਾਥ ਦੇਣ, ਰਵੀ ਸਿੰਘ ਦਾ, ਉਹਨਾਂ ਨੇ ਸਾਰਿਆਂ ਨੂੰ ਗਰੀਬ ਜਿਵੇਂ ਮੰਨ ਲਓ ਪੈਲੀਆਂ ਕਿਸੇ ਦੀ ਕਿੱਲਾ, ਕਿਸੇ ਦੀ ਅੱਧਾ ਕਿੱਲਾ, ਕਿਸੇ ਦੀ ਦੋ ਕਨਾਲਾਂ, ਸਾਰਿਆਂ ਦੀ ਬਣਾਉਣ ਦੇ ਆ, ਮਦਦ ਕਰਨ ਦੇ ਜੀ ਸਾਰਿਆਂ ਦੀ, ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਭਾਅ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।